ਤੁਹਾਡੀ ਸਟੂਡੈਂਟ ਲਾਈਫ ਦੀ ਕੋਈ ਇੱਕ ਮੈਮਰੀ ਜਦੋਂ ਤੁਸੀਂ ਬਹੁਤ ਔਖਾ ਟਾਈਮ ਨਿਕਲ ਰਿਹਾ ਹੋਵੇ ਤੁਹਾਡੇ ਲਈ? ਇੰਡੀਆ ਤਾਂ ਹਜੇ ਤੱਕ ਮੈਂ ਕਦੇ ਕੰਮ ਕਰਕੇ ਨਹੀਂ ਦੇਖਿਆ ਸੀਗਾ, ਐਸ਼ ਹੀ ਕੀਤੀ ਹੈ ਇਕੱਲੀ ਮਾਂ ਪਿਓ ਦੇ ਸਿਰ 'ਤੇ। ਇੱਥੇ ਆਈ ਨੂੰ ਮੈਨੂੰ 9 ਮਹੀਨੇ ਹੋ ਗਏ। ਸਟੱਡੀ ਨਾਲ ਤਾਂ ਖੈਰ ਕੋਈ ਖਾਸ ਹੋਇਆ ਨਹੀਂ ਕਿਉਂਕਿ ਕਲਾਸਾਂ ਔਨਲਾਈਨ ਚੱਲਦੀਆਂ। ਬਾਕੀ 9 ਮਹੀਨੇ ਇੱਥੇ ਆਈ ਨੂੰ ਹੋ ਗਏ ਅਤੇ 9 ਮਹੀਨੇ ਨਾਈਟ ਸ਼ਿਫਟਾਂ ਕਰਦੇ ਨੂੰ ਹੋ ਗਏ ਅਤੇ ਬਸ ਅੱਤ ਕਰਾਈ ਪਈ ਆ ਕਨੇਡਾ ਨੇ। ਕੁਛ ਅਜੇ ਜ਼ਿਆਦਾ ਸੋਚਣ ਸਮਝਣ ਦਾ ਟਾਈਮ ਮਿਲ ਨਹੀਂ ਰਿਹਾ। ਬਾਕੀ ਸਹੀ ਆ, ਮਾਹੌਲ ਓਕੇ ਆ, ਜਮਾਂ ਗੁੱਡ ਹੈ ਬਾਈ। ਵੈਸੇ ਜੇ ਵੇਖਿਆ ਜਾਏ ਤਾਂ ਹਜੇ ਤੱਕ ਕੋਈ ਇੰਨਾ ਹਾਰਡ ਟਾਈਮ ਆਇਆ ਨਹੀਂ ਜਦੋਂ ਦੇ ਆਏ ਹਾਂ, ਕਿਉਂਕਿ ਬਹੁਤ ਜ਼ਿਆਦਾ ਟਾਈਮ ਵੀ ਨਹੀਂ ਹੋਇਆ ਆਇਆਂ ਨੂੰ, 2.5 ਸਾਲ ਹੀ ਹੋਇਆ ਅਜੇ। ਅਤੇ ਬਾਕੀ ਜਿਹੜਾ ਨੋਰਮਲੀ ਸਟੂਡੈਂਟ ਲਾਈਫ 'ਚ ਇਹੀ ਹਾਰਡ ਟਾਈਮ ਹੁੰਦਾ ਵੀ ਆਪਣੀ ਫੀਸ ਕੱਢਣੀ ਆ, ਫੀਸ ਭਰਨੀ ਆ, ਹੈ ਨਾ, ਕਿਵੇਂ ਹੋਊਗਾ ਸਾਰਾ ਕੁਝ ਜਦੋਂ ਬੰਦਾ ਨਵਾਂ ਨਵਾਂ ਆਉਂਦਾ, ਕੰਮ ਵੀ ਨਹੀਂ ਹੁੰਦਾ। ਅਤੇ ਬਾਹਰ ਆਉਣਾ ਤਾਂ ਫਿਰ ਬੰਦਾ, ਇੱਥੇ ਫੈਮਲੀ ਤਾਂ ਹੁੰਦੀ ਨਹੀਂ, ਫਰੈਂਡਸ ਹੀ ਹੁੰਦੇ ਆ, ਅਤੇ ਉਹਨਾਂ ਦੀ ਹੈਲਪ ਨਾਲ ਹੀ ਬੰਦਾ ਐਵੇਂ ਸਿਚੁਏਸ਼ਨ 'ਚੋਂ ਬਾਹਰ ਹੁੰਦਾ ਹਾਰਡ ਟਾਈਮ 'ਚੋਂ। ਬਰੋ, ਜਦੋਂ ਮੈਂ ਸਟੂਡੈਂਟ ਹੁੰਦਾ ਸੀ ਨਾ ਅਤੇ ਮੈਂ ਨਾ ਸਹੇਲੀ ਪਿੱਛੇ ਮੁੰਡਾ ਕੁੱਟਦਾ ਸੀ, ਸਹੇਲੀ ਪਿੱਛੇ ਮੁੰਡਾ ਕੁੱਟਿਆ, ਸੱਚ ਦੱਸਾਂਗੇ, ਅਤੇ ਮੇਰੇ 'ਤੇ ਪੈ ਗਿਆ ਕੇਸ ਅਸੋਲਟ ਦਾ, ਅਤੇ 9 ਮਹੀਨੇ ਚੱਲਿਆ ਕੇਸ ਉਹ। ਕਮੈਂਟ ਕੱਢਦਾ ਅਤੇ ਨਾ ਮੈਂ ਜੋਬ ਕਰ ਸਕਦਾ ਸੀ, ਨਾ ਮੈਂ ਉਬਰ, ਮੈਂ ਬਹੁਤ ਸੈਕਰੀ ਉਹ ਮਤਲਬ PR ਵੀ ਲੇਟ ਹੋਈ, ਮੈਂ ਇੱਕ ਟਾਈਮ ਮੈਗੀ ਖਾਣੀ, ਇੱਕ ਟਾਈਮ ਗੁਰਦੁਆਰੇ ਜਾਣਾ, ਇੰਨਾ ਮਾੜਾ ਹਾਲ ਆ ਗਿਆ ਸੀ, ਅਤੇ ਬਟ ਹੁਣ ਸਾਰਾ ਸੈੱਟ ਆ। ਤੁਸੀਂ ਉਹ ਗਲਤੀ ਰਿਗਰੈਟ ਕਰਦੇ ਜੇ ਕਿ ਨਹੀਂ? ਉਹਦੇ ਬਾਅਦ ਆਪਾਂ ਲੜੇ ਹੀ ਨਹੀਂ ਦੁਬਾਰਾ। ਪਤਾ ਕੀ ਆ, PR ਦਾ ਇੰਪੋਰਟੈਂਟ ਕੁਛ ਵੀ ਨਹੀਂ ਹੈਗਾ, ਹੈ ਨਾ। ਜਦੋਂ ਤੁਹਾਡੇ 'ਤੇ ਕੇਸ ਚੱਲਦਾ ਆ, PR ਤੁਹਾਡੀ ਆਈ ਹੁੰਦੀ ਆ, ਪੁਲਿਸ ਕਲੀਅਰੈਂਸ ਮੰਗਦੇ ਆ, ਅਤੇ ਪੁਲਿਸ ਕਲੀਅਰੈਂਸ ਨਹੀਂ ਮਿਲੀ, ਤੁਸੀਂ PR ਨਹੀਂ ਹੋਣਾ, ਰਾਈਟ? ਜੇ ਆਪਾਂ ਇੱਥੇ PR ਲੈਣ ਆਏ ਹਾਂ, ਮਿਹਨਤ ਤਾਂ ਲਾਉਣ ਆਏ ਹਾਂ, ਹੈ ਨਾ, ਉਹਦੇ ਕਰਕੇ ਰਿਗਰੈਟ ਤਾਂ ਆਪੇ ਹੀ ਹੋਊਗਾ। ਹੁਣ ਆਪਾਂ ਖੜਦੇ ਹਾਂ, ਆਪਾਂ ਲੜਨਾ ਕਦੋਂ ਆ, ਲੜਨਾ ਹੀ ਕਦੋਂ ਆ ਨਾ ਕਿਸੇ ਨਾਲ। ਸੋ ਹਾਂ, ਤੁਸੀਂ ਮੰਨੋਗੇ ਉਹਦੇ ਕੇਸ ਕਰਕੇ ਕੁੜੀ ਵੀ ਛੱਡ ਗਈ ਜਿਹਦੇ ਕਰਕੇ ਲੜੇ। ਭਾਜੀ, ਕਨੇਡਾ ਹਰੇਕ ਦੀਆਂ ਚੀਕਾਂ ਕਢਾਉਂਦਾ ਜਦੋਂ ਨਵਾਂ ਨਵਾਂ ਬੰਦਾ ਆਉਂਦਾ ਨਾ, ਅਤੇ ਕਨੇਡਾ ਹਰੇਕ ਨੂੰ ਰਾਜਾ ਬਣਾ ਦਿੰਦਾ ਜਿਹੜਾ ਮਿਹਨਤ ਕਰਨ ਜਾਂਦਾ। ਇਹੀ ਆਨਸਰ ਆ ਬਾਈ ਜੀ, ਸਮਝ ਲਈ ਮੇਰੀਆਂ ਗੱਲਾਂ ਬਾਅਦ 'ਚ। ਮੈਂਬਰੀ ਔਖੀ ਨਹੀਂ ਨਿਕਲੀ ਕੋਈ, ਇੱਦਾਂ ਸੀਗਾ ਵੀ ਜਦੋਂ ਨਵੇਂ ਨਵੇਂ ਆਏ ਸੀਗੇ ਕਾਲਜ, ਸੈਂਟੀਨੀਅਲ ਲਿਆ ਸੀਗਾ ਮੈਂ, ਅਤੇ ਸੈਂਟੀਨੀਅਲ ਕਾਲਜ ਮੈਨੂੰ ਦੂਰ ਲੱਗਦਾ ਸੀ, ਔਖਾ ਲੱਗਦਾ ਸੀ, ਇੱਕ ਉੱਥੇ ਦਾ ਮਾਹੌਲ ਚੱਲ ਇੱਦਾਂ ਸੀ ਅਤੇ ਮੇਰੇ ਤੋਂ ਪੜ੍ਹ ਨਹੀਂ ਹੋਇਆ। ਉਨਾ ਕੁ ਟਾਈਮ ਹੀ ਸੀਗਾ ਔਖਾ ਵੀ ਮੁੜ ਕੇ ਚਲੋ ਪ੍ਰਾਈਵੇਟ ਕਾਲਜ ਲੈ ਲਿਆ। ਮੈਂ ਉਹੀ ਦੱਸਿਆ ਵੀ ਜਿਹੜਾ ਤੀਆ ਬੰਦਾ ਗੁਰਿੰਦਰਪਾਲ ਸਿੰਘ, ਫਿਰ ਉਹ ਮੇਰੇ ਬ੍ਰਦਰ ਇੱਥੇ ਹੀ ਸੀਗੇ 2 ਜਣੇ, ਅਤੇ ਇੱਕ ਰਮਿੰਦਰਪਾਲ ਅਤੇ ਗੁਰਿੰਦਰਪਾਲ, ਅਸੀਂ ਉਹਨਾਂ ਨੇ ਮੈਨੂੰ ਬਹੁਤ ਸਪੋਰਟ ਕੀਤੀ ਜੇ ਮੈਂ ਕੰਮ ਕਰ ਅੱਜ ਆਪਣੀ ਮੇਰੀ ਕੰਪਨੀ ਇੰਸਟੋਲੇਸ਼ਨ ਦੀ ਅਪਲਾਇੰਸਿਸ ਦੀ, ਅਤੇ ਮੈਨੂੰ ਹਾਲੇ 5 ਸਾਲ ਹੀ ਹੋਏ, 5 ਵੀ ਪੂਰੇ ਨਹੀਂ ਹੋਏ। ਅਪਲਾਇੰਸ ਇੰਸਟੋਲੇਸ਼ਨ ਦਾ ਕੰਮ ਮੈਂ ਆਪਣਾ ਕਰਦਾ, ਇਹ ਸਿਰਫ ਉਹਨਾਂ ਦੇ ਸਿਰ 'ਤੇ ਹੀ ਆ, ਅਤੇ ਇੱਥੇ ਉਸ ਤੋਂ ਬਾਅਦ ਮੈਨੂੰ ਕੋਈ ਤੰਗੀ ਨਹੀਂ ਆਈ ਕਦੀ ਵੀ। ਮੈਨੂੰ ਤਾਂ ਈਵਨ ਕਿ ਬੱਸ 'ਚ ਵੀ ਜਾਣ ਦੀ ਲੋੜ ਨਹੀਂ ਪਈ ਅੱਜ ਤੱਕ, ਕਦੀ ਮੈਂ ਡਰਾਈਵ ਨਹੀਂ ਕੀਤੀ। ਇੱਥੇ ਜੋ ਕੁਛ ਵੀ ਸੀਗਾ ਵੀ ਬਹੁਤ ਗੁੱਡ ਹੋ ਗਿਆ, ਇੱਕ ਕੰਟਰੀ ਬਹੁਤ ਵਧੀਆ ਆ, ਕੈਨੇਡਾ ਦਾ ਵੀ ਥੈਂਕ ਯੂ ਕਰਨਾ ਚਾਹੁੰਦੇ ਹਾਂ ਵੀ ਇੱਥੇ ਸਾਂਭਿਆ ਆ। ਔਖਾ ਟਾਈਮ ਉਹੀ ਸੀ ਬਈ ਜਦੋਂ ਸ਼ਿਫਟਾਂ ਲਾਉਂਦੇ ਹੁੰਦੇ ਸੀ, ਅਤੇ ਬਸ ਉਹ ਟਾਈਮ ਆਉਂਦਾ ਸਾਰਿਆਂ 'ਤੇ, ਉਹ ਟਾਈਮ ਵੀ ਲੰਘੂਗਾ, ਕਦੇ ਹੋਵਾਂਗੇ PR ਵੀ ਹੋਵਾਂਗੇ, ਫਿਰ ਚੰਗਾ ਟਾਈਮ ਵੀ ਆਊਗਾ, ਬਹੁਤ ਚੀਜ਼ਾਂ ਨੇ ਤੁਸੀਂ ਫੋਲੋ ਕਰਦੇ ਹੋ, ਰਾਈਟ? ਹਾਂ, ਬਟ ਸਾਰਿਆਂ ਨਾਲ ਹਾਰਡ ਟਾਈਮ ਸੀਗਾ ਜਦੋਂ ਮੈਂ ਆਪਦੀ 3rd semester ਦੀ ਫੀਸ ਭਰੀ ਸੀਗੀ। ਮੈਨੂੰ ਯਾਦ ਆ ਕਿ ਮੈਂ ਜਦੋਂ ਮੈਂ ਫੀਸ ਇਕੱਠੀ ਕੀਤੀ, ਮੈਂ ਬਹੁਤ ਖੁਸ਼ ਸੀ ਕਿ ਮੇਰੀ ਫੀਸ ਇਕੱਠੀ ਹੋ ਗਈ ਆ, ਬਟ ਜਦੋਂ ਮੈਂ ਫੀਸ ਆਪਦੀ ਭਰੀ ਤਾਂ ਮੈਨੂੰ ਯਾਦ ਆ ਮੇਰੇ ਅਕਾਊਂਟ ਦੇ ਵਿੱਚ $3 ਰਹਿ ਗਏ ਸੀਗੇ। ਐਂਡ ਉਸ ਦਿਨ ਮੈਨੂੰ ਪਤਾ ਸੀਗਾ ਕਿ ਲਾਈਕ ਆਈ ਡੋਂਟ ਨੋ ਕਿ ਮੈਂ ਕੀ ਕਰਨਾ ਸੀ, ਕੀ ਨਹੀਂ ਕਰਨਾ ਸੀਗਾ, ਅਤੇ ਮੈਨੂੰ ਲੱਗਾ ਵੀ ਸ਼ਾਇਦ ਵੀ ਹਾਂ ਲਾਈਕ ਇਟਸ ਗੋਣਾ ਬੀ ਡਨ ਔਰ ਸਮਥਿੰਗ, ਵੀ ਕੁਛ ਤਾਂ ਹੋਊਗਾ ਹੁਣ ਜ਼ਿੰਦਗੀ ਦੇ ਵਿੱਚ, ਪਰ ਨਹੀਂ ਕਿ ਲਾਈਕ ਪਰਮਾਤਮਾ ਨੇ ਹੱਥ ਦੇ ਕੇ ਰੱਖਿਆ। ਥੋੜ੍ਹਾ ਬਹੁਤ ਲੱਗਾ ਕਿ ਹਾਂ ਮੈਂ ਡਾਊਨ ਜਾਊਂਗਾ, ਪਰ ਨਹੀਂ, ਐਟਲੀਸਟ ਕਿ ਮੇਰੇ ਓਨਰਸ ਜਿਨ੍ਹਾਂ ਕੋਲ ਮੈਂ ਕੰਮ ਕਰਦਾ ਸੀ ਜਾਂ ਉਹਨਾਂ ਨੇ ਥੋੜ੍ਹੀ ਹੈਲਪ ਕੀਤੀ, ਮੇਰੇ ਫਰੈਂਡਸ ਨੇ ਬਹੁਤ ਹੈਲਪ ਕੀਤੀ ਮੇਰੀ, ਲਾਈਕ ਜੇ ਮੈਂ ਕਹਾਂ ਮੇਰਾ ਫਰੈਂਡ ਆ ਹਰਮਨ ਅਤੇ ਨਵੀ, ਉਹ ਹਮੇਸ਼ਾ ਮੇਰੇ ਜ਼ਿੰਦਗੀ ਦੇ 2 ਪਿੱਲਰ ਰਹੇ ਨੇ ਜਦੋਂ ਮੈਨੂੰ ਲੱਗਾ ਕਿ ਮੈਂ ਡਾਊਨ ਜਾਊਂਗਾ, ਬਟ ਉਹਨਾਂ ਨੇ ਮੈਨੂੰ ਹਮੇਸ਼ਾ ਹੈਲਪ ਕੀਤੀ ਉਸ ਚੀਜ਼ ਦੇ ਵਿੱਚ। ਨਹੀਂ, ਵੈਸੇ ਤਾਂ ਵੀ ਸਾਰਾ ਟਾਈਮ ਵਧੀਆ ਹੀ ਸੀਗਾ ਸਟੂਡੈਂਟ ਲਾਈਫ ਦਾ, ਹੈ ਨਾ, ਪਹਿਲਾਂ ਚਲੋ ਕੰਮ ਕੁੰਮ ਤਾਂ ਇਹੋ ਜਿਹਾ ਵੈਸਾ ਹੀ ਹੁੰਦਾ ਸੀਗਾ ਉੱਥੇ, ਪਰ ਹਾਂ ਜਦੋਂ ਵੀ ਥੋੜ੍ਹਾ ਜਿਹਾ ਕਰੋਨਾ ਟਾਈਮ ਆਇਆ ਆ ਅਤੇ ਫੀਸ ਫੂਸ ਕੱਢਣੀ ਸੀ, ਕੰਮ ਕਾਰ ਹੈ ਨਹੀਂ ਸੀਗਾ, ਔਰ ਥੋੜ੍ਹਾ ਜਿਹਾ ਲੱਗਿਆ ਵੀ ਹਾਂ ਯਾਰ ਵੀ ਕੁਛ ਉੱਤੇ ਫਸ ਗਏ ਦੂਰ, ਉੱਥੇ ਇੰਡੀਆ ਚੰਗੇ ਸੀਗੇ, ਬਾਕੀ ਉਦੋਂ ਆਲਮੋਸਟ ਵਧੀਆ ਹੀ ਸੀਗਾ ਟਾਈਮ ਸਾਰਾ, ਕੋਈ ਚੱਕਰ ਨਹੀਂ ਆ। ਬਾਹਰ ਇੱਦਾਂ ਹੀ ਆ, ਬਸ ਵੇ ਟਾਈਮ ਸਪੈਂਡ ਕੀਤਾ, ਇੱਥੇ ਆ ਜਾਈਦਾ ਸੀਗਾ, ਇੱਥੇ ਵਧਗਾ ਚੱਲ ਕਰ ਲਈਦਾ ਸੀਗਾ, ਉਦੋਂ ਬਾਅਦ ਚਲੋ ਥੋੜ੍ਹਾ ਟਾਈਮ ਪਾ ਕੇ ਉੱਦਾਂ ਦਾ ਸਿਚੁਏਸ਼ਨ ਸਹੀ ਹੋਈ ਆ ਅਤੇ ਕੰਮ ਕਾਰ ਮਿਲ ਗਿਆ, ਚਲੋ ਐਂ ਹੋਊਗਾ ਵੀ ਚਲੋ ਸਰਕਲ ਚੱਲੀ ਜਾਂਦਾ, ਪੈਸੇ ਆਈ ਜਾਂਦੇ 4 ਪਾਸੇ, ਉਦੋਂ ਕਿਉਂਕਿ ਉੱਦਾਂ ਮੋਸਟਲੀ ਹੁੰਦਾ ਫੀਸ ਦਾ ਹੁੰਦਾ ਬੰਦੇ ਨੂੰ ਕਾਲਜ ਲਾਈਫ 'ਚ, ਹੈ ਨਾ, ਅਤੇ ਵੀ ਫੀਸ ਫੂਸ ਭਰਨੀ ਆ, ਅਤੇ ਉਦੋਂ ਚਲੋ ਵਧੀਆ ਚੱਲ ਗਿਆ ਬਾਅਦ 'ਚ।
ਅਤੇ ਸਟੂਡੈਂਟ ਲਾਈਫ ਸਭ ਤੋਂ ਪਹਿਲੇ ਬਾਈ ਜਦੋਂ ਆਪਾਂ ਆਉਂਦੇ ਹਾਂ, ਮੇਰਾ ਜਦੋਂ ਮੈਂ ਆਇਆ ਸੀ ਮੇਰਾ ਇੱਥੇ ਕੋਈ ਰਿਸ਼ਤੇਦਾਰ ਨਹੀਂ ਸੀਗਾ, ਸੋ ਪਹਿਲੀ ਗੱਲ ਆਉਂਦੀ ਹੈ ਸੈਟਲਮੈਂਟ ਦੀ ਬੰਦੇ ਦੀ, ਕਿਤੇ ਭਰੋਸਾ ਕੀਤਾ ਜਾਏ। ਜਦੋਂ ਮੈਂ ਮੂਵ ਹੋਇਆ ਸੀ ਜਿਹੜੇ ਬਾਜ਼ਾਰ ਵੈਲੀ ਸੀਗੇ, ਥੋੜ੍ਹੇ ਨਸ਼ੇ ਨੁਸ਼ੇ ਵੱਲ ਜ਼ਿਆਦਾ ਸੀ, ਸੋਣਾ 'ਚ ਆਪਣਾ ਮੈਂ ਟਾਈਮ ਸਪੈਂਡ ਕੀਤਾ ਔਖਾ, ਕਿਉਂਕਿ ਰੋਜ਼ ਉਹਨਾਂ ਨੇ ਬਹਿੰਦੇ ਸੀਗੇ ਆਪਣਾ ਸ਼ਨੀ ਐਤਵਾਰ, ਸੋ ਉਹਦੇ 'ਚ ਬਹਿਣਾ ਬਾਹਲਾ ਔਖਾ ਹੁੰਦਾ ਨਾ, ਆਪਣਾ ਸਟੱਡੀ ਕਰਨੀ ਕੰਟੀਨਿਊ, ਸੋ ਉਹ ਮੈਂ ਸਮਝਦਾ ਕਿ ਸਭ ਤੋਂ ਔਖਾ ਟਾਈਮ ਆ ਬੰਦੇ ਦਾ ਸੈਟਲਮੈਂਟ ਪਹਿਲਾਂ, ਉਹਦੇ ਤੋਂ ਬਾਅਦ ਕੰਮ ਲੱਭਣਾ, ਉਹ 'ਚ ਕੋਈ ਹੈਲਪ ਨਹੀਂ ਕਰਦਾ ਬੰਦੇ ਦੀ, ਹੈ ਨਾ ਇੱਥੇ। ਸੋ ਉਹ ਵੀ ਆਪ ਸਨੋ ਉਹਦੇ ਵਿੱਚ ਪੈਦਲ ਚੱਲ ਚੱਲ ਕੇ ਕੰਮ ਲੱਭਿਆ ਹੋਇਆ, ਅਤੇ ਚਲੋ ਬਾਬੇ ਦੀ ਕਿਰਪਾ ਨਾਲ ਮਿਹਨਤ ਨੂੰ ਫਲ ਲੱਗੇ ਆ ਨਾ, ਅੱਜ ਵਧੀਆ ਕੰਮ ਥੋੜ੍ਹਾ ਸੈੱਟ ਹੋਇਆ, ਅਤੇ ਬਾਕੀ ਆਹੀ ਦਿੱਕਤ ਸੀਗੀ ਜਿਹੜੀ ਆ ਮੈਨੂੰ। ਹਾਰਡ ਟਾਈਮ ਬਾਈ ਠੀਕ ਆ, ਕੁੱਲ ਮਿਲਾ ਕੇ ਮੇਰਾ ਇੰਨਾ ਨਹੀਂ ਸੀਗਾ, ਹੈ ਨਾ, ਮਤਲਬ ਮੈਨੂੰ ਆਪਣੇ ਯਾਰ ਦੋਸਤ ਵਧੀਆ ਮਿਲ ਗਏ ਸੀਗੇ, ਹੈ ਨਾ, ਇੱਥੇ ਬਾ ਉਹਨਾਂ ਦੇ ਕਰਕੇ ਆਪਾਂ ਕੰਮ ਕੁੰਮ 'ਤੇ ਹੈ ਨਾ ਸਹੀ ਰਹੇ ਹਾਂ। ਕੋਵਿਡ 'ਚ ਵੀ ਆਪਣਾ ਸਹੀ ਸੀਗਾ, ਸਾਰਾ ਕੰਮ 'ਤੇ ਸੀਗਾ, ਹੈ ਨਾ, ਦੋ ਪਾਸੇ ਆਪਣਾ ਕੰਮ ਸੀਗਾ, ਵਧੀਆ ਨਜ਼ਾਰੇ ਸੀਗੇ, ਅਤੇ ਆਪਾਂ ਥੈਂਕਫੁਲ ਹਾਂ, ਹੈ ਨਾ, ਆਪਣੇ ਫਰੈਂਡਸ ਦੇ ਜਿੰਨਾ ਕਰਕੇ ਹੈਗੇ ਹਾਂ ਆਪਾਂ, ਬਹੁਤ ਸਹੀ ਆ, ਸੈੱਟ ਆ, ਚਿੱਲ ਆ ਬਾਈ। ਬਾਹਰ ਆ ਕੇ ਹੁੰਦੀਆਂ ਤੰਗੀਆਂ ਹੀ ਆ, ਬਟ ਚਲੋ ਵੀ ਘਰਦਿਆਂ ਦੇ ਇੱਥੇ ਹੋਣ ਕਰਕੇ ਮੈਂ ਬਾਲੀਆਂ ਤਾਂ ਨਹੀਂ ਚੱਲੀਆਂ, ਨੋਰਮਲ ਜਿਹੜੀ ਮਾੜੀ ਮੋਟੀ ਕਾਲਜਾਂ 'ਚ ਪ੍ਰੋਬਲਮ ਆ, ਬੱਸ ਬੁੱਸ ਦਾ ਚੱਕਰ ਉਹ ਹੀ ਸੀਗਾ, ਹੋਰ ਕੋਈ ਖਾਸ ਨਹੀਂ ਬਾਈ। ਸਟੂਡੈਂਟ ਲਾਈਫ ਦੀ ਮੈਮਰੀ ਮੋਸਟਲੀ ਤਾਂ ਕਾਲਜ ਹੀ ਹੁੰਦਾ ਮੇਨ, ਕਾਲਜ 'ਤੇ ਕੰਮ ਕੰਮ ਬਾਈ, ਆਪਾਂ ਪਾਰਟ ਟਾਈਮ ਹੀ ਰਹੇ ਹਾਂ ਕਿਉਂਕਿ ਫੈਮਲੀ ਇੱਥੇ ਸੀਗੀ, ਸੋ ਇੰਨੀ ਮੁਸ਼ਕਲ ਨਹੀਂ ਹੋਈ, ਅਤੇ ਫਰੈਂਡਸ ਫਰੁੰਡ ਵਧੀਆ ਮਿਲ ਗਏ, ਸੋ ਚੱਲ ਹੀ ਰਿਹਾ, ਇੰਨਾ ਮੁਸ਼ਕਲ ਤਾਂ ਨਹੀਂ ਹੋਇਆ। ਬਾਕੀ ਬਹੁਤ ਸਟੂਡੈਂਟ ਜਿਹੜੇ ਹੈਗੇ ਆ ਜਿਨ੍ਹਾਂ ਨੂੰ ਮਤਲਬ ਤੰਗੀ ਬਹੁਤ ਆਉਂਦੀ, ਮਾਂ ਪਿਓ ਪਿੱਛੇ ਆ, ਇਕੱਲੇ ਰਹਿੰਦੇ ਆ ਵਿਚਾਰੇ, ਤਿੰਨ ਤਿੰਨ ਚਾਰ ਚਾਰ ਜਾਣੇ ਇਕੱਠੇ ਰਲ ਕੇ, ਉਹਨਾਂ ਲਈ ਥੋੜ੍ਹਾ ਹੁੰਦਾ, ਬਟ ਆਪਣੇ ਲਈ ਥੋੜ੍ਹਾ ਠੀਕ ਰਿਹਾ ਕਿਉਂਕਿ ਫੈਮਲੀ ਇੱਥੇ ਸੀ।